ਮਾਲੇ ਕਰਾਮਾਤ ਕਾਇਮ ਕਰੀਮ ਰਜ਼ਾ ਬਖਸ਼ ਰਾਜਿਕ ਰਿਹਾ ਕੋਨ ਰਹੀਮ ਅਮਾ ਬਖਸ਼ ਬਖਸਿੰਦ ਉਹ ਦਸਤਗੀਰ ਖਤਾ ਬਖਸ ਰੋਜ਼ੀ ਦਿਹੋ ਦਿਲ ਫਜ਼ੀਰ ਨਾਸਾਜੋ ਨਾਬਾਜੋ ਨਫਉਜ਼ੋ ਨਾ ਫਰਸ ਖੁਦਾਵੰਦ ਬਖਸਿੰਦ 에 아이ਸੋ ਅਰਸ ਹਮੋ ਮਰਦ ਬਾਇਦ ਸ਼ਬਦ ਸ਼ੁਕਰ ਨਾ ਸਿਕਮੇ ਦਿਗਰ ਦਰ ਦਹਾਨੇ ਦਿਗਰ ਚੀਹਾ ਸੁਧ ਕੇ ਚੁੰਗ ਬੇ ਚੁੰਗ ਪੇਚ ਦੇ ਚਾਰ ਪੇਚ ਦੇ ਹਮਾਰ ਇਹ ਜੋ 17 ਤੁਸੀਂ ਸੁਣਿਆ ਨੇ ਇਹ 17 ਨੇ ਜ਼ਫਰਨਾਮਾ ਦੇ ਵਿੱਚੋਂ ਲਈਆਂ ਗਈਆਂ ਇਸ 17 ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਔਰੰਗਜੇਬ ਨੂੰ ਬਹੁਤ ਕੁਝ ਕਹਿ ਰਹੇ ਨੇ ਕੀ ਕਹਿ ਰਹੇ ਨੇ ਇਹ ਅਸੀਂ ਜਾਣਾਂਗੇ ਪੰਡਿਤ ਰਾਉਤ ਨੇਸ਼ਵਰ ਜੀ ਸਾਡੇ ਨਾਲ ਨੇ ਇਹਨਾਂ ਨਾਲ ਗੱਲ ਕਰਦੇ ਆ ਪਿਛਲੇ ਲੰਬੇ ਸਮੇਂ ਤੋਂ ਲੱਚਰ ਗਾਇਕੀ ਦੇ ਖਿਲਾਫ ਲੜਦੇ ਆ ਰਹੇ ਨੇ ਤੇ ਹੁਣ ਐਲੀ ਮੰਗਟ ਅਤੇ ਰੰਮੀ ਰੰਦਾਵਾ ਦੇ ਵਿਵਾਦ ਦੇ ਵਿੱਚ ਵੀ ਇਹਨਾਂ ਨੇ ਇੰਟਰਫੇਅਰ ਕੀਤਾ ਸਰ ਪਹਿਲਾਂ ਮੈਂ ਇਹ ਸਮਝਣਾ ਚਾਹੂੰਗਾ ਕਿ ਇਹਨਾਂ 17 ਦੇ ਵਿੱਚੋਂ ਇਹਨਾਂ ਪਾਵਨ 17 ਦੇ ਵਿੱਚ ਕੀ ਕਿਹਾ ਗਿਆ ਜੀ ਬਹੁਤ ਕੁਝ 인ਸਾਨੀਅਤ ਦੀ ਕਹਾਣੀ ਦੇ ਵਿੱਚ ਮਨੁੱਖਤਾ ਦੀ ਹੈ ਚੰਗੇ ਸਮਾਜ ਬਣਾਉਣ ਦੀ ਕਹਾਣੀ ਹੈ ਪਰ ਅਸਲ ਵਿੱਚ ਇਹੋ ਜਿਹੇ ਗਾਣਾ ਗਾਉਣ ਵਾਲੇ ਇਹ ਗੁਰੂ ਦੀ ਬਾਣੀ ਜਫਰ ਨਾਮ ਦੀ ਤਾਕਤ ਨਹੀਂ ਸਮਝ ਚੁੱਕੇ ਨੇ ਇਸ ਲਈ ਲੱਚਰ ਸ਼ਰਾਬੀ ਹਤਿਆਰੀ ਗਾ ਗਾਰੇ ਨੇ ਇਸ ਲਈ ਪੁਲਿਸ ਸਟੇਸ਼ਨ ਦੇ ਵਿੱਚ ਬੈਠੇ ਨੇ ਜੇਲ੍ਹ ਵੀ ਜਾਣ ਵਾਲੇ ਨੇ ਮੈਂ ਇੱਕ ਹੀ ਬੇਨਤੀ ਕਰਦਾ ਇਹ ਲੱਚਰ ਸ਼ਰਾਬੀ ਹਤਿਆਰੀ ਗਾਣੇ ਛੱਡੋ ਬਾਬਾ ਨਾਨਕ ਦੀ ਬਾਣੀ ਗਾਓ पंजाब पंजाजात दी गाना गाओ देश विश्व शांति दी गाने गाओ बल्ले बल्ले हो जाना, इसलिए मैं आज आके इत मुलाकात होने बाद उन्होंने मैं कि तुम बाबा उन्होंने दी गाना गाओ, गाओली मंगड़ साहब हरकीरत सिंह हरकीरत सिंह है ਉਸ ਪਰਮਾਤਮਾ ਦੀ ਕੀਰਤ ਕਰਨ ਵਾਲੇ ਉਸਤਤ ਕਰਨ ਵਾਲਾ ਹਰ ਕੀਰਤ ਹੁੰਦੇ ਨੇ ਹਰਕਿਰ ਸਿੰਘ ਨੂੰ ਮੈਂ ਕਿਹਾ ਉਰਫੇਲੀ ਮੰਗਟ ਨੂੰ ਕਿ ਬਾਬਾ ਨਾਨਕ ਦੀ ਬਾਣੀ ਗਾਓ ਉਹਨਾਂ ਨੇ ਕਿਹਾ ਕਿ ਸਰ ਮੈਂ ਜ਼ਰੂਰ ਗਾਵਾਂਗਾ ਜਿਸ ਦਿਨ ਪ੍ਰ부ਦੀ ਉਸ ਗੁਰੂ ਦੀ ਮਿਹਰ ਮਰੇ ਤੇ ਹੋएगी ਮੈਂ ਜ਼ਰੂਰ ਗਾਵਾਂਗਾ ਮੈਂ 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 ਮੰਨਦਾ ਪੰਜਾਬੀ ਗੱਭਰੂ ਹੋਣ ਕਾਰਨ ਮੈਂ ਸਨਮਾਨ ਕਰਦਾ ਇਹ ਜ਼ਰੂਰੀ ਗਾਉਣਗੇ ਜਦ ਤੱਕ ਇਹ ਬਾਬਾ ਨਾਨਕ ਦੀ ਨਹੀਂ ਬਾਣੀ ਨਹੀਂ ਗਾਵਾਂਗੇ ਮੈਂ ਨਹੀਂ ਛੱਡਣਾ ਇਨਾ ਤਾਂ ਕਰਕਰ ਤੱਕ ਪਹੁੰਚਾਂਗਾ ਹਰ ਵੇੜੇ ਤੇ ਪਹੁੰਚਾਂਗਾ ਬਾਬਾ ਨਾਨਕ ਦੀ ਲੀਲਾ ਹਰ ਥਾਂ ਤੇ ਗਾ ਗਵਾਇ ਜਾਵੇਗੀ ਪੰਡਿਤ ਜੀ ਅੱਜ ਤੁਸੀਂ ਇਹ ਜ਼ਫਰਨਾਮਾ ਕਿਤਾਬ ਜੋ ਮੇਰੇ ਹੱਥ ਦੇ ਵਿੱਚ ਹੈ ਇਹ ਕਿਤਾਬ ਤੁਸੀਂ ਐਲੀ ਮੰਗਟ ਨੂੰ ਦੇਣ ਗਏ ਸੀ ਕੀ ਕਾਰਨ ਸੀ ਜੀ ਜੀ ਮੈਂ ਮੈਂ ਸੋਚਿਆ ਇਹਨਾਂ ਨੂੰ ਦਿੱਤਾ ਜਾਵੇ ਪਰ ਦੇਖੋ ਪੰਜਾਬੀ ਗਬਰੂ ਦੀ ਸੋਚ ਪਾਵੇ ਦੁਨੀਆ ਕੁਝ ਵੀ ਕਹੇ ਪਰ ਉਹਨਾਂ ਨੇ ਜਫਰ ਨਾਮ ਦੀ ਇਸ ਕਿਤਾਬ ਨੂੰ ਹੱਥ ਵਿੱਚ ਫੜਨ ਲਈ ਕਿਹਾ ਨਹੀਂ ਸਰ ਮਰ ਹੱਥ ਜੁਟਿਏ ਮੈਂ ਨਹੀਂ ਫੜ ਸਕਦਾ ਹੈ ਦੇਖੋ ਸੋਚ ਇਹ ਪੰਜਾਬੀ ਪੰਜਾਬੀ ਮੁੰਡੇ ਦੀ ਪੰਜਾਬੀ ਗਬਰੂ ਦੀ ਸੋਚ ਹੈ ਉਹ ਸਨਮਾਨ ਕਰਦਾ ਹੈ ਗੁਰੂ ਦੀ ਵਾਣੀ ਗੁਰੂ ਦੀ ਸਭ ਕੁਝ ਸਮਾਨ ਕਰਦਾ ਹੈ ਪਰ ਮੈਨੂੰ ਲੱਗਦਾ ਹੈ ਗਲਤ ਰਾਹਤ ਤੁਰਨ ਕਾਰਨ ਲੱਚਰ ਸਰਾਬੀ ਹਤਿਆਰੀ ਗਾਣਾ ਗਾ ਰਹੇ ਨੇ ਇਹਨਾਂ ਨੂੰ ਸਹੀ ਰਾਹ ਤੇ ਲਾਉਣ ਲਈ ਇੱਕ ਟੀਚਰ ਹੋਣ ਦੇ ਨਾਤੇ ਮੈਂ ਹਰ ਤਾਂ ਤੇ ਜਾ ਕੇ ਰਿਕੁਐਸਟ ਕਰਦਾ ਹੈ ਇਸ ਤੋਂ ਇਲਾਵਾ ਚੰਗੇ ਰਾਹ ਤੇ ਲਾਉਣ ਲਈ ਮਾਨਯੋਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਾਹਿਬ ਕੋਸ਼ਿਸ਼ ਕਰ ਰਹੇ ਨੇ ਗੈਂਗਸਟਰ ਕਲਚਰ ਨੂੰ ਖਤਮ ਕਰਕੇ ਇਹਨਾਂ ਨੂੰ ਚੰਗੇ ਰਾਹ ਤੇ ਲਾਇਆ ਜਾਵੇ ਮਾਨਯੋਗ ਡੀਜੀਪੀ ਸਾਹਿਬ ਦਿਨਕਰ ਗੁਪਤਾ ਸਾਹਿਬ ਕੰਮ ਕਮ ਕਰ ਰਹੇ ਨੇ ਚਹਿਲ ਸਾਹਿਬ ਐਸਐਸਪੀ ਸਾਹਿਬ ਕੰਮ ਕਰ ਰਹੇ ਨੇ ਸਾਰੇ ਪੰਜਾਬ ਦੇ ਵਿੱਚ ਪੰਜਾਬ ਪੁਲਿਸ ਕੰਮ ਕਰਦਾ ਪਿਆ ਇਹੋ ਜਿਹਾ ਗਲਤੀ ਨਾਲ ਲੱਚਰ ਸ਼ਰਾਬੀ ਹਤਿਆਰੀ ਗਾਣੇ ਗਾਉਣ ਵਾਲੇ ਚੰਗੇ ਗਾਣਾ ਗਾਉਣਗੇ ਪੰਜਾਬੀ ਤੂਸਤ ਕਰਨਗੇ ਜਦ ਤੱਕ ਉਸਤ ਕਰਨਗੇ ਇਹ ਪੁਲਿਸ ਥਾਣੇ ਦੇ ਵਿੱਚ ਹੀ ਬੈਠ ਜਾਣਾ ਇੱਕ ਦਿਨ ਆਊਗੀ ਇਹ ਹਰੇਕ ਜਗ੍ਹਾ ਗਾਉਣਗੇ ਨਾ ਸਿਰਫ ਅਲੀ ਮੰਗਰ ਸਰ ਬਹੁਤ ਸਾਰੇ ਨੇ करन औजला विदेश बैठ के गाने वाले इन्ह वो सोचते हैं कि इन्हों फन वाला कोई नहीं है पर काल चक्र इदा हों फ वाला फटद है करण औजला जसमिन सैंडल्स आर नेट दिलप्रीत दिलो वर्गे लोग भी ला ये लच्चर शराबी हथियार गाना गाँव छड़ो चंगे पंजा पंजाब, पंजाब बाबा दी गाना गाओ नहीं तो एक दिन तुसी भी इस सोहाने थाने आओगे ये पक्की गल है ਤੁਸੀਂ ਉਹਨਾਂ ਨਾਲ ਮੁਲਾਕਾਤ ਵੀ ਕੀਤੀ ਐ ਲੀ ਮੰਗਟ ਦੇ ਨਾਲ ਕੀ ਉਹ ਤੁਹਾਨੂੰ ਲੱਗਦਾ 35 ਅੱਖਰਾਂ ਦਾ ਸਨਮਾਨ ਕਰਦੇ ਨੇ ਪੰਜਾਬੀ ਦਾ ਸਨਮਾਨ ਕਰਦੇ ਨੇ ਬਿਲਕੁਲ ਮੈਨੂੰ ਲੱਗਦਾ ਹੈ ਉਹਨਾਂ ਦੀ ਨਿਮਰਤਾ ਦੇਖ ਕੇ ਮੈਂ ਹੈਰਾਨ ਹੋਇਆ ਇਨੀ ਇਨੀ ਨਿਮਰਤਾ ਪਰ ਇਹ ਇਨਸਾਨ ਪੰਜਾਬ ਪੰਜਾਬੀ ਅਤੇ ਦੀ ਸਨਮਾਨ ਕਰਨ ਵਾਲਾ ਇਨਸਾਨ ਪਰ ਗਲਤੀ ਨਾਲ ਗਲਤੀ ਨਾਲ ਉਹਨਾਂ ਨੇ ਗਾ ਚੁੱਕੇ ਨੇ ਐਸਾ ਸੋ ਚੁੱਕਿਆ ਹੁਣ ਅਸੀਂ ਤਾਂ ਇਹ ਹੀ ਚਾਹੁੰਦੇ ਆਂ ਦੀਪੰਕ ਦਿਨਕਰ ਗੁਪਤਾ ਸਾਹਿਬ ਮਾਨਯੋਗ ਮੁੱਖ ਮੰਤਰੀ ਸਾਹਿਬ ਸਾਡੀ ਚਾਹੁੰਦੇ ਨੇ ਕਿ ਇਹ ਸੁਧਰ ਸੁਧਰ ਜਾਵੇ ਆਖਿਰੋ ਪੰਜਾਬ ਨਹੀਂ ਮੈਂ 35 ਰੁਪਏ ਦੇਣ ਵਲੀ ਗਿਆ 35 ਰੁਪਏ 35 ਅੱਖਰ ਪਰ ਹੁਣ ਰਿਮਾਈਂਡ ਵਿੱਚ ਨੇ ਅਸੀਂ ਪੈਸੇ ਨਹੀਂ ਦੇ ਸਕਦੇ ਇਹ 35 ਮੈਂ ਇਸ ਲਈ ਦਿੰਦਾ ਐ ਕਿ ਪੰਜਾਬੀ ਪਾਠ ਵਿੱਚ 35 ਅੱਖਰ ਹੁੰਦੇ ਨੇ 35 ਅੱਖਰ ਦੀ ਵਿਰਾਸਤ ਹੈ ਇਸ ਲਈ ਮੈਂ ਉਹਨਾਂ ਨੂੰ 35 ਰੁਪਏ ਦੇਣ ਗਿਆ ਪਰ ਰਿਮਾਂਡ ਹੁਣ ਕਰਨ ਉਹ ਨਹੀਂ ਲੈ ਸਕਦੇ ਪਰ ਰਿਮਾਂਡ ਤੋਂ ਜਦ ਬਾਹਰ ਆਣਗੇ ਮੈਂ ਅਰਦਾਸ ਕਰਦਾ ਉਹਨਾਂ ਨੂੰ ਰਿਮਾਂਡ ਮਿਲੀਏ ਬਾਹਰ ਆਵੇ ਚੰਗੇ ਇਨਸਾਨ ਬਣੇ ਮੈਂ ਅਰਦਾਸ ਕਰਾਂਗਾ ਤੇ ਮੈਂ ਜ਼ਰੂਰ 35 ਰੁਪਏ ਦੇਵਾਂਗਾ ਜਿਵੇਂ ਮੈਂ ਗੈਸੀ ਸਿੱਧੂ ਮੋਸੇ ਵਾਲਾ ਦੇ ਕਰਜਾ ਕੇ ਉਹਨਾਂ ਨੂੰ ਮਾਂ ਨੂੰ ਮਿਲ ਕੇ ਮੈਂ 35 ਰੁਪਏ ਦਿੱਤਾ ਸੀ ਮੈਂ ਏਲੀ ਮੰਗਰ ਸਾਹਿਬ ਹਰਕਿਰ ਸਿੰਘ ਸਾਹਿਬ ਨੂੰ ਵੀ 35 ਰੁਪਏ ਦੇਵਾਂਗਾ ਸਾਰੇ ਰਲ ਮਿਲ ਕੇ ਇਸ 35 ਅੱਖਰ 35 ਦੀ ਸਭਿਆਚਾਰ ਵਿਰਾਸਤ ਨੂੰ ਉੱਚੀ ਪੱਧਰ ਤੇ ਰੱਖਣਾ ਹੈ ਨੂੰ ਪੰਜਾਬੀ ਇਤਿਹਾਸ ਦੀ ਉਤਸਤ ਕਰਨਾ ਹੈ ਸਾਨੂੰ 35 ਰੁਪਏ ਲੈ ਕੇ ਤੁਰਦਾ ਮੈਂ ਹਰਤਾਤੇ ਇਹਨਾਂ ਨੂੰ ਦੇਣ ਲੱਗੇ ਐਸੀ ਮੈਂ ਇਹ ਦੇਖੋ ਜੀ 35 ਰੁਪਏ ਇਹਦੇ ਵਿੱਚ ਹੈਗਾ 35 ਰੁਪਏ ਬੀ ਤੀ ਤੇ 35 ਹਰਤਾਤੇ ਲੈ ਕੇ ਤੁਰਦਾ ਇਹ ਜੋ ਪੰਜਾਬੀ ਭਾਸ਼ਾ ਦੀ ਪੰਜਾਬੀ ਸਭਿਆਚਾਰ ਸਨਮਾਨ ਕਰਦਾ ਮੈਂ 35 ਰੁਪਏ ਦਿੰਦਾ ਇਹ ਹਰਕਿਰਤ ਸਿੰਘ ਸਾਹਿਬ ਨੂੰ ਵੀ ਮੈਂ ਦੇਵਾਂਗਾ ਇਹ ਚੰਗਾ ਇਨਸਾਨ ਬਣੂਗਾ ਬਨਣ ਲਈ ਮੈਂ ਅਰਦਾਸ ਕਰਾਂਗਾ ਮੈਂ ਇੱਕ ਟੀਚਰ ਹਾਂ ਤੇ ਸਟੂਡੈਂਟਸ ਨੂੰ ਚੰਗੇ ਰਹਾਤੇ ਲਾਉਣਾ ਮੇਰਾ ਫਰਜ਼ ਹੈ ਮੈਂ ਬਣਾਉਂਗਾ ਤੁਸੀਂ ਐਲੀ ਮੰਗਟ ਨੂੰ ਲਾਈਵ ਦੇ ਵਿੱਚ ਵੀ ਸੁਣਿਆ ਲਾਈਵ ਦੇ ਵਿੱਚ ਬੜਾ ਗੜਕਦੇ ਸੁਣਿਆ ਅੱਜ ਕੁਝ ਨਿਮਰਤਾ ਦਿਖੀ ਉਹਨਾਂ ਦੀ ਅੱਖਾਂ ਦੇ ਵਿੱਚ ਉਹਨਾਂ ਦੀਆਂ ਅੱਖਾਂ ਚੱਖਾਂ ਪਾ ਕੇ ਅੱਜ ਤੁਸੀਂ ਗੱਲ ਕਰਕੇ ਆਏ ਹੋ ਲੱਗਦਾ ਹੈ ਕਿ ਉਹੀ ਐਲੀ ਮੰਗਟ ਨੇ ਜਾਂ ਫਿਰ ਹਰਕੀਰਤ ਸਿੰਘ ਬਣ ਗਏ ਨੇ ਉਹ ਹਰਕੀਰਤ ਸਿੰਘ ਸਾਹਿਬ ਹਰਕੀਰਤ ਸਿੰਘ ਸਾਹਿਬ ਬਹੁਤ ਹੀ ਨਿਮਰਤਾ ਪਰੇ ਹੈ ਮੈਂ ਦੇਖਿਆ ਇਹਨਾਂ ਦੇ ਨਜ਼ਰ ਵਿੱਚ ਨਿਮਰਤਾ ਮਾਨਯੋ ਕੋਟ ਦੀ ਅਸਰ ਹੈ ਮਾਨਯੋ ਕੋਟ ਦੀ ਅਸਰ ਹੈ ਕੋਟ ਨੇ ਬਦਲੇ ਆ ਇਹਨਾਂ ਨੂੰ तुसी तो तो कि तुसी चंगे राहते रहो ਤੁਹਾਨੂੰ ਰਿਮਾਈਂਡ ਮਿਲੇਗੀ ਜਾਂ ਤੂੰ ਰਿਮਾਈਂਡ ਤੋਂ ਬਾਹਰ ਹੋਗੇ ਕਹਿਣ ਦਾ ਪਾਵ ਹੈ ਨਿਮਰਤਾ ਪਰਿ ਇਨਸਾਨ ਜੇ ਨਾ ਵੀ ਹੋਵੇ ਉਹ ਉਹਨਾਂ ਨੂੰ ਨਿਮਰਤਾ ਪਰਿ ਬਣਾਉਂਦਾ ਹੈ ਗੁਰੂ ਆ ਦੀ ਵਾਣੀ ਸ਼ਬਦ ਇਸ ਲਈ ਮੈਂ ਕਿਹਾ ਕਿ ਤੁਸੀਂ ਗਾਓ ਪਰ ਉਹ ਉਹ ਨਿਮਰਤਾ ਪਰਿ ਹੈ ਹੋਰ ਹੋ ਜਾਣਗੇ ਸੁਧਰ ਜਾਣਗੇ ऐसी तो यही चाहेंगे मानयोग कोर्ट भी ये चाहूँगा कि ये चंगे इंसान बने क्योंकि मानयोग हाई कोर्ट भी कहता है मेरा कोर्ट कोर्ट का आर्डर है जी जी मान हाई कोर्ट बई सत्त दो हज़ार उन्नीस कोर्ट कहता है कि यहोजा गाने साडे नौजवान से असर पैदा है इसलिए ये गाने बंद हो गए असर देखो मानयोग कोर्ट के कोर्ट के कहता है मानयोग कोर्ट कह रहा है कि द ग्लोरीफिकेन ऑफ वायलेंस द ग्लोफिकेशन गिवन राइज टू कल्चर ऑफ गैंगस्टर्स इन द स्टेट ऑफ पंजाब हरियाणा एंड यूनियन इज चंडीगढ़ कोर्ट फिर भी बोल रहे हैं द कोर्ट कैन ऑल्सो टेक जुडिशियल नोटिस ऑफ द फैक्ट एट द ग्लोरीफिकेशन ऑफ द लिक्कर वाइन ड्रग्स एंड वायलेंस इन द इन द सॉन्ग्स इन द स्टेट्स ऑफ पंजाब हरियाणा चंडीगढ़ हैज़ इंक्रीज इन रिसेंट टाइम ज्यादा हो चुके हैं कोर्ट कहता है कि दी सॉन्ग्स एफेक्ट और चिल्ड्रेन हमारा बच्चों से असर होंगे है इसलिए आखिर कोर्ट ये भी कहता है कि आखिर डायरेक्शन देते हुए कि डायरेक्टर जनरल ऑफ पुलिस इन द स्टेट ऑफ पंजाब हरियाणा यूनियन टेरिटरी चंडीगढ़ आर डायरेक्ट टू एनश्योर दैट तो तो नो सॉन्ग्स आर प्लेड ग्लोरीफाइंग द लिकर वाइन ड्रग्स एंड वायलेंस इन एनी सॉन्ग इवन इन लाइव शोज लाइव शो में अखाड़ा में टीवी टीवी रेडियो हर ये गाना नहीं चल सकते जे चलन के ਤੇ ਐਸਐਸਪੀ ਅਤੇ ਡੀਸੀ ਜ਼ਿੰਮੇਦਾਰ ਹੋਣਗੇ ਕੰਟੈਕਟ ਕੋਡ ਬਨੇਗੀ ਇਹੋ ਜਿਹਾ ਗਾਣਾ ਕੋਟ ਵੀ ਮਨਾ ਕਰਦਾ ਹੈ ਤੋਂ ਮੈਨੂੰ ਲੱਗਦਾ ਹੈ ਪਰਿਵਰਤਨਾਏਗੀ ਪੰਜਾਬ ਦੇ ਵਿੱਚ ਚੰਗੇ ਗਾਣੇ ਆਉਣਗੇ ਸਾਹਮਣੇ ਰਸਤੀ ਦੀ ਗਾਣਾ ਆਉਣਗੇ ਸਾਰੇ ਮੇਰੇ ਬੱਚੇ ਨਾਲ ਪਤਨੀ ਨਾਲ ਮਾਪੇ ਨਾਲ ਬੈਠ ਕੇ ਸੇ ਦੇਖ ਸਕਦੇ ਸ਼ਾਂਤੀ ਨਾਲ ਉਹ ਉਹ ਵਿਰਾਸਤ ਸਾਨੂੰ ਚਾਹੀਦਾ ਧੰਨਵਾਦ ਪੰਡਿਤ ਜੀ ਸ਼ੁਕਰੀਆ ਮਿਹਰਬਾਨੀ ਤਾਂ ਇਹ ਨੇ ਪੰਡਿਤ Rao ji ਜਿਹੜੇ ਕੀ ਪੰਜਾਬੀਅਤ ਲਈ ਲੜ ਰਹੇ ਨੇ ਹਾਲਾਂਕਿ ਹਰਕੀਰਤ ਸਿੰਘ ਯਾਨੀ ਕਿ ਐਲੀ ਮੰਗਟ ਨੂੰ ਉਹ ਮਿਲ ਕੇ ਆਏ ਨੇ ਕਿਹਾ ਜਾ ਰਿਹਾ ਹੈ ਕਿ ਉਹਨਾਂ ਦੀ ਨਜ਼ਰ ਦੇ ਵਿੱਚ ਹਲੀਮੀ ਜ਼ਰੂਰ ਆਈ ਹੈ ਦੋ ਦਿਨ ਪੁਲਿਸ ਰਿਮਾਰਡ ਰੈਂਡ ਤੇ ਬਾਅਦ ਹਾਲਾਂਕਿ ਇਹ ਜ਼ਫਰਨਾਮਾ ਕਿਤਾਬ ਉਹਨਾਂ ਨੇ ਦੇਣ ਦੀ ਕੋਸ਼ਿਸ਼ ਕੀਤੀ ਲੇਕਿਨ ਐਲੀ ਮੰਗਟ ਨੇ ਲੈਂਡ ਤੋਂ ਇਨਕਾਰ ਕਰ ਦਿੱਤਾ 35 ਰੁਪਏ ਵੀ ਦੇਣ ਦੀ ਕੋਸ਼ਿਸ਼ ਕੀਤੀ ਕਿਉਂਕਿ ਉਹ ਰਿਮਾਰਡ ਦੇ ਵਿੱਚ ਨੇ ਕਸਟਡੀ ਦੇ ਵਿੱਚ ਨੇ ਤਾਂ 35 ਰੁਪਏ ਵੀ ਉਹ ਨਹੀਂ ਲੈ ਸਕਦੇ ਸੀ ਲੇਕਿਨ ਪੰਡਿਤ ਜੀ ਦਾ ਕਹਿਣਾ ਕਿ ਉਹ ਘਰੇ ਦੇ ਦੇ ਕੇ ਆਉਣਗੇ ਜਿਵੇਂ ਸਿੱਧੂ ਮੂਸੇਵਾਲੇ ਦੇ ਘਰ ਗਏ ਸਨ ਤਾਂ ਇਸ ਤਰੀਕੇ ਦੀ ਜਿਹੜਾ ਇਹ ਪੰਜਾਬੀ ਸੱਭਿਆਚਾਰ ਲਈ ਕੰਮ ਕਰ ਰਹੇ ਨੇ ਤੇ ਇਹਨਾਂ ਦਾ ਇਹ ਵੀ ਕਹਿਣਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਐਲੀ ਮਾਰਗਟ ਵੀ ਅੱਛੇ ਗਾਣੇ ਜ਼ਰੂਰ ਗਾਊਗਾ ਇਹ ਪ੍ਰੋਮਿਸ ਐਲੀ ਮਾਰਗਟ ਨੇ ਉਹਨਾਂ ਨੂੰ ਕੀਤਾ ਕੈਮਰਾਮੈਨ ਪ੍ਰਵੀਨ ਪਾਂਡੇ ਦੇ ਨਾਲ ਰਵਿੰਦਰ ਸਿੰਘ ਦੈਨਿਕ ਸੂਰਾ ਟੀਵੀ ਮਹਾਲੀ